ਹੈਲੋ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਆ ਤੁਹਾਡਾ ਐਚ ਵਿਰੰਦਰਾ ਬਲੌਗ 'ਚ। ਅਸੀਂ ਲੱਗੇ ਅੱਜ ਹੁਣ ਬਲੌਗ ਸ਼ੁਰੂ ਕਰਨ। 1:30 ਵੱਜ ਗਿਆ ਆ ਤੇ ਸਾਡੇ ਹੋ ਗਈਆਂ ਸਫਾਈਆਂ। ਅੱਜ ਆਂਟੀ ਵੀ ਲੇਟ ਆਏ ਆ। ਹਾਂਜੀ ਮੰਮੀ, ਅਸੀਂ ਕੱਪੜੇ ਸੁਪੜੇ ਪਾਇਆ ਏ। ਇੰਨੀ ਗਰਮੀ ਕੋਠੇ ਦੇ ਮੰਮੀ, ਧੁੱਪ ਚੜੀ ਆ। ਆਹ ਜਿਹੜਾ ਲਾਗੇ ਸਾਡੇ ਨਾ ਇੱਕ ਹੋਸਪਿਟਲ ਲਾਗੇ ਬਹੁਤ ਭਾਰਾ ਦਰਖਤ ਸੀਗਾ, ਇਹ ਪਿਛਲੇ ਸਾਲ ਵੀ ਵੱਢਦੇ ਵੱਢਦੇ ਰਹਿ ਗਏ, ਹੁਣ ਵੱਢਣ ਡਏ ਆ ਦਰਖਤ। ਸਿਆਲਾਂ ਨੂੰ ਮੌਜ ਰਹਿਣੀ ਆ ਮੰਮੀ ਆਪਾਂ। ਕਿੱਦਾਂ ਵੀ ਸ਼ਿਮਲਾ ਮਿਰਚ ਬਣਾ ਲਈਏ? ਕਿਹਾ ਆ ਮੈਂ ਕਿਹਾ ਤੁਸੀਂ ਆਉਂਗੇ ਨਾ ਤੇ ਮੈਨੂੰ ਫੋਨ ਕਰੀਓ। ਉੱਥੇ 1:30 ਵੱਜ ਗਿਆ, ਪੱਲੂ ਦੇ ਆਉਣ ਦਾ ਵੀ ਟਾਈਮ ਹੋ ਗਿਆ ਮੰਮੀ। ਚਲੋ ਹੁਣ ਫਿਰ ਆਪਾਂ ਕਰਦੇ ਹਾਂ ਵਲੌਗ। ਮੈਂ ਕਿਹਾ ਸਟਾਰਟ ਕਰੀਏ, ਸਵੇਰ ਦਾ ਕੀਤਾ ਨਹੀਂ, ਨਾਸ਼ਤਾ ਕਰ ਲਿਆ, ਸਾਰੇ ਕੰਮ ਕਰ ਲਏ, ਸਾਡੇ ਡੇਲੀ ਰੂਟੀਨ ਦੇ ਕੰਮ ਕੀ ਕਹਿੰਦੇ, ਸਾਨੂੰ ਤਾਂ ਚੇਤਾ ਹੀ ਭੁੱਲ ਜਾਂਦਾ ਆ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤਾ ਵਲੌਗ, ਅੱਜ ਮੇਰੇ ਤੋਂ ਵੀ ਨਹੀਂ ਹੋਇਆ। ਚਲੋ ਮਿਲਦੇ ਹਾਂ ਫਿਰ, ਸਬਜ਼ੀ ਸੁਬਜ਼ੀ ਬਣਾਉਂਦੇ ਹਾਂ। ਚਲੋ ਹਾਂਜੀ ਆ ਗਏ। ਚਲੋ ਜੀ ਲਿਆ ਸਬਜ਼ੀ। ਸਬਜ਼ੀ ਲੈ ਆਇਆ। ਲੈ ਕੇ ਆਏ ਆ ਸ਼ਿਮਲਾ ਮਿਰਚਾਂ। ਅੱਛਾ, ਨਿੰਬੂ ਆ, ਅਦਰਕ ਆ, ਆਲੂ ਆ, ਆਲੂ, ਧਨੀਆ। ਅੱਛਾ ਚਲੋ ਹੁਣ ਮੰਮੀ ਕੱਢੂ ਗੇ। ਜਦੋਂ ਪਾਉਣਾ ਆ ਹੈ ਚਾਰ? ਹਾਂ ਚਾਰ ਲੱਗੇਗਾ। ਲਓ ਜੀ ਇੱਧਰ ਆਇਆ ਹੋਇਆ ਇਹਦੇ ਘਰ ਵਾਲੇ ਦਾ ਫੋਨ, ਗੱਲ ਕਰਦੀ ਪਈ ਆ। ਯਾਰ ਅੱਜ ਸਾਨੂੰ ਬਲੌਗ ਦਾ ਚੇਤਾ ਹੀ ਭੁੱਲ ਗਿਆ। ਉਹ ਬਸ ਉਹੀ ਜਿੰਨੇ ਦਿਨ ਮੈਂ ਸ਼ੁਰੂ ਕਰਦਾ ਰਿਹਾ ਹਾਂ ਉਹ ਕਰਦੇ ਰਹੇ ਆ ਤੁਸੀਂ। ਯਾਰ ਕੀ ਕਰੀਏ, ਚੇਤੇ ਭੁੱਲ ਜਾਂਦਾ ਹੈ। ਮੈਂ ਉਹ ਯਾਰ ਤੁਸੀਂ ਦੇਖਿਆ ਦਰਖਤ ਵੱਢਣ ਲੱਗੇ ਆ। ਆਹੋ ਹੈ, ਆਹੋ ਵੱਢ ਦਿੱਤਾ ਉੱਪਰੋਂ, ਪਤਾ ਨਹੀਂ ਵੱਢ ਦਿੱਤਾ ਕਿ ਨਹੀਂ। ਸਿਖਰ ਜੇ ਰਸਾ ਪਾਇਆ ਆ ਮੋਟਾ ਸਾਰਾ। ਜਦੋਂ ਮੈਂ ਸਵੇਰੇ ਗਿਆ ਨਹੀਂ ਉਦੋਂ ਸ਼ੁਰੂ ਕੀਤਾ ਸੀ ਇਹਨਾਂ ਨੇ। ਦੱਸਿਆ ਨਹੀਂ ਮੈਨੂੰ। ਉਹ ਮੈਂ ਬਾਹਰ ਸੀਗਾ ਸਕੂਟਰੀ ਲੈ ਕੇ ਚੱਲਣਾ, ਉਦੋਂ ਮੈਂ ਫੇਰ ਅੰਦਰ ਆ ਕੇ ਦੱਸਦਾ, ਹੁਣ ਬਾਹਰੋਂ ਬਾਹਰ ਨਿਕਲ ਗਿਆ ਮੈਂ। ਚਲੋ ਬਣਾਈਏ ਫਿਰ ਸਬਜ਼ੀ ਸੁਬਜ਼ੀ। ਚਲੋ ਜੀ 2 ਵੱਜ ਗਏ ਆ, ਮੇਰੇ ਹੋਇਆ ਜਾਣ ਦਾ ਟਾਈਮ ਪਲਕ ਨੂੰ ਲੈਣ, ਅਤੇ ਉੱਧਰ ਆਇਆ ਫੋਨ ਹਜੇ ਤੱਕ, ਅਤੇ ਇੱਧਰ ਸਬਜ਼ੀ ਦੀ ਤਿਆਰੀ, ਆਲੂ ਆਲੂ ਛਿੱਲ ਰਹੇ ਨੇ, ਇੱਧਰ ਸ਼ਿਮਲਾ ਮਿਰਚ ਦਾ ਪਿਆਜ਼ ਕੱਟਿਆ ਜਾ ਰਿਹਾ। ਵਧੀਆ ਲੱਗਿਆ? ਚਲੋ ਵਧੀਆ, ਅਤੇ ਤੁਸੀਂ ਬਣਾਓ ਸ਼ਿਮਲਾ ਮਿਰਚ, ਅਤੇ ਮੇਰਾ ਹੋ ਗਿਆ ਟਾਈਮ ਪਲਕ ਨੂੰ ਲੈਣ ਜਾਂਦਾ। ਹਾਂ ਨਿੰਬੂ ਪਾਣੀ ਬਣਾ ਲਾ, ਜਿੰਨਾ ਮਰਜ਼ੀ ਬਣਾ ਲਈ, ਜਿੰਨਾ ਮਰਜ਼ੀ ਬਣਾ ਲਈ, ਤੇ ਹੋਰ ਲਿਆ ਕੇ ਪਾ ਲਾਂਗੇ ਨਾ ਨਿੰਬੂ। ਤੇ ਪਲ ਨੂੰ 2:10 ਦੀ ਛੁੱਟੀ ਹੋਣੀ ਨਾ, 2:20 ਦੇ। ਤੇ ਚਲੋ 2 ਵੱਜ ਗਏ, ਮੈਂ ਨਿਕਲਦਾ ਆ। ਹਾਂਜੀ ਦੱਸੋ, 2 ਵੱਜ ਗਏ, ਮੈਂ ਫਿਰ ਬਲੌਗ ਬਾਅਦ ਚ ਆਉਣਾ ਨਾ ਫਿਰ ਮੈਂ। ਹਾਂਜੀ ਕੱਟਿਆ ਗਿਆ ਸਮਾਨ ਜੀ? ਚਲੋ ਠੀਕ ਆ ਜੀ, ਮਿਲਦੇ ਆ ਤੁਹਾਨੂੰ ਹੁਣ ਬਾਕੀ ਰੋਟੀ ਦੇ ਟਾਈਮ ਤੇ। ਚਲੋ ਤੁਸੀਂ ਬਣਾਓ, ਮੈਂ ਫਿਰ ਉਹਨੂੰ ਲੈ ਕੇ ਆਉਣਾ ਆ। ਠੀਕ ਆ, ਤੂੰ ਕਰੀ ਜਾਨੀ, ਮੋਟਰਸਾਈਕਲ ਲੱਭੀ ਜਾਂਦੀ ਆ ਮੰਮੀ ਤੁਸੀਂ? ਅੱਛਾ ਸ਼ਿਮਲਾ ਮਿਰਚ ਪਾਉਂਦੀ ਵੀ ਆ। ਲੈਣ ਗਏ ਹੋਏ ਆ, ਰੋਇਲ ਐਨਫੀਲਡ ਕਿੰਨੇ ਦਾ ਵਾ? 2 ਲੱਖ ਦਾ। ਹੋਏ ਆ ਚਾਚੂ ਕੋ ਆ, ਕਿੱਥੇ ਮੈਂ 2 ਲੱਖ ਦੇ ਗੱਲ, ਮੈਂ ਦੱਸਿਆ ਮੈਂ 2 ਲੱਖ ਦਾ ਮੋਟਰਸਾਈਕਲ ਸੀਗਾ, ਪਰ ਲੈਣ ਥੋੜੀ ਕਹਿਣ ਡਿਆ,
ਭਰਾਵਾ ਮੋਟਰਸਾਈਕਲ ਲੈਣਾ ਕਰਜਾਈ ਨਹੀਂ ਹੋਣਾ ਹੈਗਾ ਪੈ ਗਈ ਕੈਮਰੇ ਤੇ ਚਲੋ ਵੀ ਜਾਂਦਾ ਫਿਰ ਲਓ ਜੀ ਇੱਧਰ ਆਲੂ ਹੋ ਗਏ ਥੋੜ੍ਹੇ ਜਿਹੇ ਸ਼ਿਮਲਾ ਮਿਰਚ ਕੱਟੀ ਹੋਈ ਬਣਾਈ ਹੈ ਨਿੰਬੂ ਪਾਣੀ ਅਤੇ ਇੱਧਰ ਗੁੰਨਦੀਆਂ ਆਟਾ ਭਾਂਡੇ ਭੁੰਡੇ ਸਾਫ਼ ਹੋ ਗਏ ਚਲੋ ਜੀ ਇੱਧਰ ਆਟਾ ਆ ਇੱਧਰ ਥੋੜ੍ਹਾ ਜਿਹਾ ਪਾਉਣਾ ਆ ਨਿੰਬੂ ਅਤੇ ਮਿਰਚਾਂ ਅਤੇ ਉਹਦਾ ਅਚਾਰ ਰੱਖਿਆ ਆ ਨਿੰਬੂ ਧੋ ਕੇ ਰੱਖਦੀ ਹਾਂ ਹਾਂਜੀ ਮੰਮੀ ਕੰਜਵੀ ਲੱਗੇ ਬਣਾਉਣ ਹਾਂਜੀ ਇੱਧਰ ਬੈਠਾ ਆ ਉੱਲੂ ਸਾਡਾ ਬੈਠਾ ਬੈਠਾ ਉੱਲੂ ਸਾਡਾ ਵਿਹਲੇ ਆ ਤੁਸੀਂ ਤਾਂ ਰੋਟੀਆਂ ਰੋਟੀਆਂ ਪਕਾ ਹੈ ਹਾਂ ਅਤੇ ਉਹ ਨਿੰਬੂ ਥੋੜ੍ਹੇ ਆ ਮੈਂ ਕਿਹਾ ਥੋੜ੍ਹੀ ਜਿਹੀ ਹੋਰ ਮੰਗਾ ਲਾਂਗੇ ਸਕੰਜੀ ਬਣਾਉਣੀ ਸੀਗੀ ਨਾ ਅਤੇ ਮੈਨੂੰ ਯਾਦ ਭੁੱਲ ਗਿਆ ਵੀ ਸਕੰਜੀ ਬਣਾਉਣੀ ਆ ਚਲੋ ਹੋਰ ਲਿਆਉਂਦੇ ਹਾਂ ਫਿਰ ਨਿੰਬੂ ਚਲੋ ਮਿਲਦੇ ਹਾਂ ਫਿਰ ਪੌਣੇ ਤਿੰਨ ਹੋ ਗਏ ਆ ਅਤੇ ਅਸੀਂ ਆ ਗਏ ਹਾਂ ਕਰਤਾਰਪੁਰ ਪਲਕ ਨੂੰ ਲੈ ਆਏ ਹਾਂ ਅੱਜ ਘਰ 'ਚ ਹੈ ਨਹੀਂ ਸੀ ਪਲਕ ਵੀ ਹੈ ਨਹੀਂ ਸੀ ਇਹ ਵੀ ਹੈ ਨਹੀਂ ਸੀ ਅਤੇ ਘਰ 'ਚ ਬੜੀ ਸ਼ਾਂਤੀ ਸੀ ਅਤੇ ਹੁਣ ਬਸ ਆਏ ਆ ਅਤੇ ਚੀਕ ਝਾੜਾ ਸ਼ੁਰੂ ਹੋ ਗਿਆ ਆ ਇਹ ਜਲੰਧਰ ਗਿਆ ਸੀਗਾ ਅਤੇ ਇੱਧਰ ਸਬਜ਼ੀ ਬਣ ਗਈ ਆ ਲਓ ਜੀ ਅੱਜ ਅੱਜ ਕੁੜੀ ਲਾਊਗੀ ਰੋਟੀਆਂ ਅੱਜ ਦੇਖਦੇ ਹਾਂ ਵੀ ਰੋਟੀਆਂ ਲਾਉਣੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ ਹਾਂ ਫਿਰ ਦੇਖਦੇ ਹਾਂ ਹਥਿਆਰ ਇਕੱਠੇ ਕਰ ਲਿਆ ਨਾ ਬਸ ਠੀਕ ਆ ਅਤੇ ਦੇਖਦੇ ਹਾਂ ਅੱਜ ਕਿੱਦਾਂ ਦੀਆਂ ਰੋਟੀਆਂ ਲਾਉਂਦੀ ਇਹ ਕਹਿੰਦੀ ਤਾਂ ਮੈਨੂੰ ਕੰਮ ਕਰਨ ਆ ਗਿਆ ਪਰ ਪਤਾ ਨਹੀਂ ਹਜੇ ਪਹਿਲੀ ਵਾਰੀ ਦੇਖਣਾ ਇਹ ਕੋਈ ਪਹਿਲੀ ਵਾਰੀ ਰੋਟੀਆਂ ਲਵਾਉਣੀਆਂ ਕਿਉਂ ਜੀ ਅਤੇ ਚਲੋ ਠੀਕ ਆ ਜੀ ਅਤੇ ਹੁਣ ਮਿਲਦੇ ਹਾਂ ਰੋਟੀ ਪਾਣੀ ਖਾਣ ਲੱਗੇ ਪਤਾ ਹੈ ਮਤਲਬ ਮਨਪ੍ਰੀਤ ਮੈਂ ਕਿਹਾ ਨਿਆਣਿਆਂ ਦੇ ਹੁੰਦੇ ਘਰੇ ਜੀ ਝਾੜਾ ਪੈ ਜਾਂਦਾ ਹਨਾ ਚਲੋ ਠੀਕ ਆ ਜੀ ਰੋਟੀ ਆ ਗਈ ਆ ਅਤੇ ਤਿੰਨ ਵੱਜ ਗਏ ਪੂਰੇ ਅਤੇ ਰੋਟੀ ਦੀਆਂ ਤਿਆਰੀਆਂ ਹੋਈਆਂ ਸਾਡੀਆਂ ਪੂਰੀਆਂ ਨਹੀਂ ਸਮਾਨ ਜਾ ਰਿਹਾ ਸਾਰਾ ਅੰਦਰ ਚਲੋ ਜੀ ਆ ਗਿਆ ਮੈਂ ਵੀ ਹਜੇ ਉਹ ਵੀ ਭਾਂਡੇ ਭੁੰਡੇ ਛੱਡ ਦਿਓ ਬਾਅਦ ਚੋਂ ਕਰ ਲਈਓ ਹੁਣ ਰੋਟੀ ਪਾਣੀ ਖਾ ਕੇ ਫਿਰ ਕਿਹਦਾ ਚਾਰਜਰ ਤੇਰਾ ਚਾਰਜਰ ਉਹ ਏਅਰਪੋਰਟ ਲੱਗੇ ਚਾਰਜ ਦੇ ਚਲੋ ਪਾਓ ਰੋਟੀ ਪਾਣੀ ਫਿਰ ਖਾਈਏ ਹੁਣ ਦੇਖਦੇ ਹਾਂ ਰਸੋਈ 'ਚ ਗਰਮੀ ਲੱਗਦੀ ਆ ਹਾਂ ਰਸੋਈ 'ਚ ਲੱਗਣੀ ਆ ਅਤੇ ਖਾ ਪੀ ਕੇ ਫਿਰ ਦੇਖਦੇ ਹਾਂ ਜੀ ਰੋਟੀ ਬਣਾਈ ਆ ਜੇ ਸਾਡੀ ਕੁੜੀ ਨੇ ਕਿੱਦਾਂ ਦੀ ਬਣੀ ਆ ਰੋਟੀ ਹੈ ਹਾਏ ਪਹਿਲੀ ਵਾਰੀ ਇਹਨੇ ਬਣਾਈਆਂ ਰੋਟੀਆਂ ਨਹੀਂ ਰੋਟੀਆਂ ਗੋਲ ਆ ਰੋਟੀਆਂ ਦੇ ਗੋਲ ਨਹੀਂ ਮਾੜਾ ਮੋਟਾ ਤਾਂ ਹੁੰਦਾ ਹੀ ਆ ਪੂਰੀ ਗੋਲ ਥੋੜੋ ਹੋਣੀ ਮਾਮਾ ਇਹ ਕਿਤੇ ਉਹਦੇ ਪ੍ਰਕਾਰ ਦੇ ਨਾਲ ਉਹਨੇ ਮਿਣ ਕੇ ਗੋਲ ਕਰਨੀਆਂ ਆ ਹੈ ਅਤੇ ਚਲੋ ਸਬਜ਼ੀ ਦੇਖੋ ਕਿੱਦਾਂ ਦੀ ਬਣੀ ਆ ਹਾਂਜੀ ਮਾਤਾ ਜੀ ਸਭ ਤੋਂ ਪਹਿਲਾਂ ਮਾਤਾ ਨੇ ਟੇਸਟ ਕੀਤਾ ਫਿਰ ਇਹਨੇ ਕੀਤਾ ਕਿੱਦਾਂ ਦੀ ਹੈ ਜੀ ਖਾਲੀ ਸੀਗੀ ਠੀਕ ਆ ਜੀ ਚਲੋ ਅਸੀਂ ਹੁਣ ਰੋਟੀ ਪਾਣੀ ਖਾ ਗਏ ਅਤੇ ਮਿਲਦੇ ਹਾਂ ਮੇਰਾ ਨਿੰਬੂ ਪਾਣੀ ਪਾ ਦਿਓ ਜੀ ਗਲਾਸ ਫੇਰ ਖਾਈਓ ਰੋਟੀ ਇੱਕੋ ਵਾਰੀ ਸ਼ੁਰੂ ਕਰੀਓ ਚਲੋ ਮੈਂ ਆਪੇ ਪਾਉਂਦਾ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਪਾਣੀ ਖਾ ਕੇ ਲਓ ਜੀ ਪੌਣੇ ਪੰਜ ਹੋ ਚੱਲੇ ਆ ਇੱਧਰ ਮੰਮੀ ਕਹਿੰਦੇ ਮੈਂ 10 ਮਿੰਟ ਆਰਾਮ ਕਰਨਾ ਹੈ ਹਾਂਜੀ ਬਾਜ਼ਾਰ ਚੱਲੇ ਆ ਚੱਲੇ ਆਓ ਫਿਰ ਦੇਖ ਕੇ ਨਿੰਬੂ ਥੋੜੇ ਸੀ ਰੁਬਰ ਤੂੰ ਚੱਲ ਜਾ ਨਾਲ ਤੇ ਤੁਸੀਂ ਦੋਨੋਂ ਜਾਣੇ ਜਾ ਕੇ ਨਾ ਨਿੰਬੂ ਲੈ ਕੇ ਹੈਂ ਨਿੰਬੂ ਲੈਣੇ ਆਹੋ ਤੁਸੀਂ ਲਿਆਓ ਤੇ ਮੈਂ ਲਾਵਾਂ ਕੱਪੜਿਆਂ ਦੀਆਂ ਤੈਹਾਂ ਠੀਕ ਆ ਫਿਰ ਚਾਹ ਚੂ ਪੀਵਾਂਗੇ ਤੇਰੇ ਮਾਸੜ ਦੇ ਆਏ ਤੇ ਪੀਵਾਂਗੇ ਹੈਂ ਤੂੰ ਜਾਣਾ ਨੀ ਵੀਡੀਓ ਬਣਾਉਣ ਅੱਜ ਤੂੰ ਕਹਿ ਮੇਰੇ ਕੋਲੋਂ ਸਾਰੇ ਪਾਰਟੀਆਂ ਲੈਂਦੇ ਰਹਿੰਦੇ ਮੈਨੂੰ ਤਾਂ ਕਦੀ ਕੋਈ ਪਾਰਟੀ ਨੀ ਦਿੰਦਾ ਹੈ
ਚਲੋ ਫਿਰ ਜਾਓ, ਫਿਰ ਜਾਓ ਲਿਆਓ, ਫਿਰ ਅਚਾਰ ਪਾਉਣਾ ਆ ਫਿਰ। ਚਲੋ ਜਾਓ ਫਿਰ, ਚਲੋ ਚਲੋ ਤੁਸੀਂ ਲਿਆ, ਬਹੁਤ ਪਾਈਆ ਲਿਆ ਤੇ ਥੋੜੇ ਜੇ ਪਏ ਵੀ ਆ, ਦੇਖਣਾ ਮਿਰਚਾਂ ਤੇ ਆਹ ਮੋਟਰਸਾਈਕਲ ਤੇ ਜਾਓ, ਧੁੱਪ ਬਹੁਤ ਆ ਰੂਬਲ। ਇਹੀ ਆਹੋ, ਚਲੋ ਫਿਰ, ਚਲੋ ਜਾਓ ਫਿਰ, ਹੈਂ ਕੋਈ ਗੱਲ ਨੀ, ਕੋਈ ਗੱਲ ਬਹੁਤ ਹੁੰਦੀ ਰਹਿੰਦੀ ਆ। ਇੱਧਰ ਕੱਪੜੇ ਸਾਡੇ ਤਹਿਾਂ ਮਾਰਨੇ ਵਾਲੇ ਬਹੁਤ ਪਏ ਆ, ਇੱਧਰ ਜੀ ਪਏ ਹਲੇ ਤਾਂ ਕੋਠੇ ਤੇ, ਮੰਮੀ ਮੈਂ ਬਾਹਰ ਤਾਰਾਂ ਤੇ ਪਾ ਕੇ ਆਈ ਆਂ। ਲਓ ਜੀ ਇੱਧਰ ਕੱਪੜੇ ਪੈ ਜਾਓ ਤੁਸੀਂ, ਕੋਈ ਗੱਲ ਨਹੀਂ, ਮੈਂ ਲਾ ਲੈਂਦੀ ਹਾਂ ਤਹਿਾਂ ਹੌਲੀ ਹੌਲੀ। ਅਤੇ ਇੱਧਰ ਤਹਿਾਂ ਮਾਰ ਲਈਏ ਕੱਪੜਿਆਂ ਦੀਆਂ, ਸਾਂਭ ਲਈਏ। ਅਤੇ ਇੱਧਰ ਨਿੰਬੂ ਧੋ ਕੇ ਰੱਖ ਦਿੱਤੇ ਆ, ਅੱਛਾ ਮਾੜਾ ਜਿਹਾ ਇੱਕ ਹੈਗਾ ਆ ਵਿੱਚ, ਚਲੋ ਇਹਨੂੰ ਕੱਢ ਦਾਂਗੇ। ਅਤੇ ਧੋ ਕੇ ਰੱਖ ਲਏ ਅਚਾਰ ਲਈ। ਇੱਧਰ ਸ਼ਿਮਲਾ ਮਿਰਚ ਦੀ ਸਬਜ਼ੀ ਪਈ ਆ, ਅਤੇ ਸ਼ਾਮੀ ਬਣਾਵਾਂਗੇ ਢੋਕਲਾ। ਚਲੋ ਬਣਾਵਾਂਗੇ, ਪਹਿਲਾਂ ਤਾਂ ਲਾ ਲਈਏ ਕੱਪੜਿਆਂ ਦੀਆਂ ਤਹਿਾਂ, ਹੈ ਨਾ, ਕੱਪੜੇ ਪਹਿਲਾਂ ਸਾਂਭ ਲਈਏ। ਦੇਖੋ ਜੀ ਟਾਈਮ ਹੋ ਚੱਲਿਆ ਆ, 5 ਵਜੇ ਚੱਲਿਆ, ਫਿਰ 6 ਵਜੇ ਪੀਵਾਂਗੇ ਚਾਹ, ਅਤੇ ਨਾਲੇ ਫਿਰ ਮਿਲਦੇ ਹਾਂ। ਚਲੋ ਤਹਿਾਂ ਤੁਹਾਂ ਮਾਰ ਕੇ ਕੱਪੜੇ ਸਾਂਭ ਲਈਏ। ਹਾਂਜੀ ਲਓ ਜੀ, ਮੇਰਾ ਪੁੱਤ ਆ ਗਿਆ ਟਿਊਸ਼ਨ ਤੋਂ। ਕੀ ਹੋਇਆ ਪੁੱਤ, ਥੱਕ ਗਿਆ? ਅੱਜ ਸਕੂਲੇ ਕਿੰਨਾ ਕੁ ਕੰਮ ਕਰਾਇਆ ਸੀਗਾ? ਕਿੰਨਾ ਟਾਈਮ ਹੋ ਗਿਆ ਆ? 6 ਵਜ ਗਏ? ਹਾਏ ਮੈਂ ਮਰ ਜਾ, ਮੇਰਾ ਮੁੰਡਾ ਥੱਕ ਗਿਆ ਹੈ। ਥੱਕ ਗਿਆ ਸੀਗਾ ਘੋੜਿਆ? ਪਾਪਾ ਕਿੱਥੇ ਆ? ਹੁਣ ਮੰਮੀ ਨੇ ਸਾਨੂੰ ਚਾਹ ਪਿਲਾਉਣੀ ਆ, ਕਿਉਂ ਮੰਮੀ ਡਾਰਲਿੰਗ? ਮੰਮੀ ਡਾਰਲਿੰਗ, ਹਾਂਜੀ ਭੈਣ ਜੀ, ਚਸ਼ਮੇ ਵਾਲੇ ਚਾਹ ਪੀਣੀ? ਸ਼ਾਮੀ ਇੱਕ ਹੋਰ ਰੀਲ ਬਣਾਈਏ, ਹੈ ਜੀ ਇੱਕ ਹੋਰ ਰੀਲ ਬਣਾਈਏ ਸ਼ਾਮੀ, ਮੈਂ ਕੱਢੀ ਆ, ਹੈ ਚਾਹ ਪੀਏ ਪਹਿਲਾਂ? ਚਲੋ ਸਾਢੇ 7 ਤੇ ਇੱਧਰ ਚਾਹ ਪੀਂਦੇ ਪਏ ਆ। ਬੋਲ ਲਾ ਕੁਛ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਮੰਮਾ ਕੀ ਬਣਾਉਣਾ ਸ਼ਾਮੀ ਫਿਰ? ਟੁਕਲਾ ਨਾਲ ਮੰਮਾ
ਚੁੱਪ ਚਲੋ ਠੀਕ ਆ ਫੇਰ ਮੰਮਾ ਬਣਾ ਲੈ ਡੋਕਲਾ ਕਿਉਂ ਮੇਰੀਆਂ ਦੋ ਬੋਤਲਾਂ ਪਈਆਂ ਫਰਿੱਜ ਚ ਕੋਕ ਦੀਆਂ ਮੈਂ ਤੂੰ ਕੌਣ ਤੇਰਾ ਲਓ ਜੀ ਟਾਈਮ ਹੋ ਗਿਆ ਆ 8 ਵਜ ਚੱਲੇ ਆ 10 ਮਿੰਟ ਰਹਿੰਦੇ ਆ ਇੱਧਰ ਪਾ ਲਿਆ ਆ ਅਚਾਰ ਅਸੀਂ ਥੋੜ੍ਹਾ ਜਿਹਾ ਨਿੰਬੂ ਦਾ ਅਤੇ ਮਿਰਚਾਂ ਦਾ ਅਤੇ ਅੱਜ ਅਸੀਂ ਲੱਗੇ ਹਾਂ ਡੋਕਲਾ ਬਣਾਉਣ ਲਓ ਜੀ ਮੰਮੀ ਲੱਗੇ ਆ ਇੱਧਰ ਡੋਕਲੇ ਦਾ ਬੈਟਰ ਤਿਆਰ ਕਰ ਲਿਆ ਠੀਕ ਆ ਅਤੇ ਇੱਧਰ ਰੱਖ ਲਿਆ ਪਾਣੀ ਗਰਮ ਚਲੋ ਜੀ ਹਾਂਜੀ ਚਲੋ ਬਣਾਉਂਦੇ ਆ ਡੋਕਲਾ ਬਣਾ ਕੇ ਫਿਰ ਤੁਹਾਨੂੰ ਦਿਖਾਲਦੇ ਆ ਡੋਕਲਾ ਠੀਕ ਨੀ ਜੀ ਇੱਧਰ ਬੈਟਰ ਤਿਆਰ ਕੀਤਾ ਡੋਕਲੇ ਦਾ ਮੰਮੀ ਨੇ ਚਲੋ ਜੀ ਬਣਾਉਂਦੇ ਆ ਠੀਕ ਆ ਕੜੀ ਪੱਤਾ ਲੈ ਕੇ ਆ ਗਏ ਸਕਾ ਕੇ ਰੱਖਿਆ ਸੀ ਮੈਂ ਸੁੱਟਤਾ ਇੱਕ ਦਿਨ ਮੈਂ ਕਿਹਾ ਸਾਡੇ ਲੱਗਾ ਹੀ ਆ ਚਲੋ ਕੋਈ ਨਾ ਰੱਖ ਲੈਣੇ ਆ ਨਾ ਆ ਕੜੀ ਪੱਤਾ ਤੇ ਆ ਮਿਰਚਾਂ ਮਿਰਚਾਂ ਲਓ ਆਪਣੇ ਤੁੜਕਾ ਲਾਉਂਦੇ ਵੀ ਦਿਖਾਉਂਦੇ ਆਪਾਂ ਮੋਬਾਈਲ ਦੇ ਰੀਲਾਂ ਰੂਲਾਂ ਤੇ ਅੱਜ ਕੀ ਬਣਦਾ ਪਿਆ ਡੋਕਲਾ ਇੱਧਰ ਸਾਡੇ ਡੋਕਲਾ ਉਹ ਸਾਡੀ ਮਾਤਾ ਨੇ ਬਣਾਉਣਾ ਹੁੰਦਾ ਬਣ ਗਿਆ ਚਲੋ ਠੀਕ ਆ ਜੀ ਲਾਓ ਤੜਕਾ ਫਿਰ ਖਾਈਏ ਡੋਕਲਾ ਸਾਰਾ ਹੋ ਗਿਆ ਤਿਆਰ ਤੇਲ ਵੀ ਲਾ ਪਿਆ ਚਰਾਟੇ ਜੇ ਮਰਨ ਲਾਓ ਮਾਤਾ ਤੜਕਾ ਹੁਣ ਇੱਧਰ ਹੁਣ ਲੱਗਣ ਲੱਗਾ ਜੀ ਤੜਕਾ ਤੇਲ ਜੇ ਪਾਤਾ ਸਾਰਾ ਸਮਾਨ ਹੋਰ ਘੇ ਸੁੱਟ ਦੇਣਾ ਦੇ ਵਿੱਚ ਭਾਂਡੇ ਮਾਤਾ ਨਾਲ ਨਾਲ ਚੱਲੀ ਜਾਂਦੇ ਆ ਚਲੋ ਆ ਹੋ ਗਿਆ ਮਾਤਾ ਲਓ ਜੀ ਏਦਾਂ ਲੱਗਦਾ ਤੜਕਾ ਜੀ ਇਹਨੂੰ ਚਲੋ ਜੀ ਹੁਣ ਥੋੜ੍ਹੀ ਦੇਰ ਬਾਅਦ ਖਾਣ ਜੋਗਾ ਹੋ ਜਾਣਾ ਇਹ ਠੀਕ ਹੈ ਜੀ ਚਲੋ ਮਿਲਦੇ ਹਾਂ ਜੀ ਖਾਣ ਲੱਗੇ ਹੁਣ ਲਓ ਜੀ ਢੋਕਲਾ ਆ ਗਿਆ ਜੀ ਹੁਣ ਆਏ ਹਾਏ ਹੋਏ ਹੋਏ ਕਿੱਦਾਂ ਜੀ ਮੱਦੋ ਬੱਦੀ ਲਓ ਜੀ ਸਾਰੇ ਜਣੇ ਲੱਗੇ ਆ ਢੋਕਲਾ ਖਾਣ ਤੇ ਨਾਲ ਇਹਦੇ ਲਵਾਂਗੇ ਆਪਾਂ ਲਿਮਕਾ ਕੋਕ ਮਜ਼ਾ ਆ ਜਾਂਦਾ ਅੱਛਾ ਕੋਕ ਹੈਗੀ ਆ ਮੈਂ ਤਾਂ ਘਰੇ ਪਾਣੀ ਪੀਣਾ ਤੂੰ ਲਓ ਜੀ ਇਹਨਾਂ ਨੇ
ਕੈਚਪ ਲੈਣਾ ਅਸੀਂ ਲੈਣੀ ਆ ਘਰ ਦੀ ਬਣੀ ਹੋਈ ਇਮਲੀ ਵਾਲੀ ਆ ਪਕੌੜੇ ਮੈਂ ਉਹਦੇ ਲਾਦੀ ਆ ਇਮਲੀ ਵਾਲੀ ਸੌਸ ਆ ਲੋ ਲੈ ਲਈ ਆ ਲਾ ਜੀ ਆ ਬਣਾਉਂਦੇ ਕਿ ਬਈ ਦੀ ਖਾਲੀ ਥਾਲੀ ਬਣਾਉਂਦੇ ਆ ਮੈਂ ਵੀ ਖਾਲੀ ਥਾਲੀ ਆ ਇਮਲੀ ਦੀ ਬੈਂਡ ਦੀ ਸੌਸ ਇਮਲੀ ਸੌਸ ਖਾ ਕੇ ਦੇਖ ਲਾ ਖਾ ਕੇ ਤੇ ਚਲੋ ਠੀਕ ਆ ਜੀ ਖਾ ਕੇ ਮਿਲਦੇ ਆ ਜੀ ਟੇਸਟ ਦੇਖਦੇ ਆ ਕਿੱਦਾਂ ਦੀ ਕਿੱਦਾਂ ਦਾ ਲੱਗਾ ਕਿੱਦਾਂ ਦਾ ਲੱਗਾ ਟੇਸਟ ਤੁਸੀਂ ਤਾਂ ਬਣਾਇਆ ਤੁਹਾਨੂੰ ਤਾਂ ਵਧੀਆ ਲੱਗਣਾ ਜੀ ਤੂੰ ਦੱਸ ਬਈ ਖਾ ਖਾਦਾ ਪਹਿਲਾਂ ਕਿੰਨੀ ਮਿਰਚਾਂ ਹਾਂਜੀ ਵਧੀਆ ਹੈ ਮਾੜਾ ਤਾਂ ਨਹੀਂ ਬਣਦਾ ਪਰ ਟੇਸਟੀ ਆ ਨਾ ਚਲੋ ਖਾ ਕੇ ਮਿਲਦੇ ਆ ਜੀ ਹੁਣ ਮੈਂ ਵੀ ਲੱਗਾ ਖਾਣ ਵਾਲਾ ਪਰ ਡਿਜ਼ਾਈਨ ਜਿਹੀ ਬਣਾਉਣ ਬਹਿ ਗਈ ਇਹ ਚਲੋ ਠੀਕ ਆ ਜੀ ਮੈਂ ਵੀ ਖਾ ਲਵਾਂ ਹੁਣ ਤਾਂ ਫਿਰ ਮਿਲਦੇ ਹਾਂ ਜੀ 9:15 ਹੋ ਗਏ ਆ ਅਤੇ ਇੱਧਰ ਅਸੀਂ ਲੱਗੇ ਹਾਂ ਦੇਖਣ ਹੁਣ ਮੂਵੀ ਉੱਧਰ ਹੁਣ ਲੱਗੇ ਆ ਜੀ ਸੌਣ ਦੀਆਂ ਤਿਆਰੀਆਂ ਇੱਧਰ ਹੋ ਗਈ ਆ ਸਕੂਲ ਦੀ ਛੁੱਟੀ ਕੱਲ੍ਹ ਭਾਰਤ ਬੰਦ ਸੰਪੂਰਨ ਲੋਕਡਾਊਨ ਗੱਲ ਸੁਣੋ ਮੈਂ ਕਿਹਾ ਮੈਂ ਲੱਗੀ ਸੀ ਸੌਣ ਫਿਰ ਜਦੋਂ ਮੈਸੇਜ ਆਇਆ ਮੈਂ ਕਿਹਾ ਫੋਨ ਲੈ ਕੇ ਜਾਂਦੀ ਹਾਂ ਉੱਧਰ ਦੇਖਦੇ ਹਾਂ ਫੋਨ ਚਲੋ ਠੀਕ ਹੈ ਜੀ ਤੇ ਸੰਪੂਰਨ ਲੋਕਡਾਊਨ ਹੋ ਗਿਆ ਕੱਲ੍ਹ ਛੁੱਟੀ ਕਰ ਦਿੱਤੀ ਆ ਹਾਂ ਕੱਲ੍ਹ ਸਟੇਸ਼ਨ ਤੋਂ ਛੁੱਟੀ ਦੇਖਾਂਗੇ ਸੀਰੀਅਸ ਹੁੰਦੀ ਕਿ ਛੱਡ ਗਿਆ ਨੇ ਤੈਨੂੰ ਕੋਈ ਗੱਲ ਨਹੀਂ ਤੇ ਚਲੋ ਠੀਕ ਹੈ ਜੀ ਅਸੀਂ ਕਰਦੇ ਹਾਂ ਆਪਣੇ ਬਲੌਗ ਦਾ ਇੱਥੇ ਹੀ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ 'ਚ ਓਕੇ ਜੀ ਬਾਏ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ ਥੈਂਕ ਯੂ